ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲਾਰੇ ਤੇ ਸਟੇਜਾਂ ਤੋਂ ਬੋਲੀ ਜਾਂਦੇ ਆ, ਪਰ ਮੈਂ ਸਿਰ ਝੁਕਾਉਂਦਾ ਗੁਰੂ ਮਹਾਰਾਜ ਅੱਗੇ ਤੇ ਦੂਜਾ ਸੰਗਤ ਅੱਗੇ, ਜਿਹੜਾ ਇੱਕ ਇੱਕ ਬੁਲਾਰੇ ਨੂੰ ਇੰਨਾ ਚਿਰ ਝੱਲੀ ਜਾਂਦੇ, ਕਿਉਂਕਿ ਗੱਲਾਂ ਮੋੜ ਘੋੜ ਕੇ ਸਾਰੇ ਉਹੋ ਹੀ ਕਰਦੇ, ਪਰ ਬੋਲਣ ਵਾਲੇ ਨੂੰ ਐਂ ਲੱਗਦਾ ਵੀ ਜਿਹੜੀ ਮੈਂ ਲੱਗਾ ਕਰਨ ਇਹੋ ਹੀ ਨਵੀਂ ਆ। ਕਈਤੀ ਉਹੀ ਹੁੰਦੀ ਜਿਹੜਾ ਪਿਛਲਾ ਬੁਲਾਰਾ ਬੋਲ ਕੇ ਗਿਆ ਹੁੰਦਾ ਤੇ 25 ਮਿੰਟ ਫੇਰ ਲਾ ਦੇਈਦੇ। ਸੋ ਮੈਂ ਉਹਦੇ 'ਚ ਨਹੀਂ ਜਾਣਾ, ਮੈਂ ਐਵੇਂ 2-4 ਮਿੰਟਾਂ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਨਿਬੇੜ ਦੇਣੀ। ਮੈਂ ਤੁਹਾਡੇ ਸਬਰ ਨੂੰ ਮੇਰਾ ਸਿਰ ਝੁਕਦਾ ਭਾਓ। ਗੱਲ ਇੱਥੇ ਹੋਈ ਆ, ਦੀਪ ਦੇ ਭਰਾ ਇੱਥੋਂ ਬੋਲੇ ਨੇ, ਮੈਂ ਉਹਨਾਂ ਦੀ ਗੱਲ ਨੂੰ ਸਿਰਫ ਅੱਗੇ ਤੋਰਨਾ। ਏਕੇ ਦੀ ਗੱਲ ਹੁੰਦੀ ਆ, ਸਾਰੀਆਂ ਸਟੇਜਾਂ ਤੋਂ ਹੁੰਦੀ, ਸਾਡੇ ਇੱਥੋਂ ਵੀ ਹੋ ਗਈ ਤੇ ਇਹ ਵੀ ਸੱਚਾਈ ਆ, ਇੱਥੋਂ ਹੋ ਗਈ ਸਟੇਜੋਂ ਥੱਲੇ ਫੇਰ ਖਤਮ। ਇਹ ਸੱਚਾਈ ਹੈ ਸਾਡੀ, ਸਟੇਜਾਂ ਤੋਂ ਥੋੜੀ ਏਕਾ ਹੋਣਾ, ਏਕਾ ਦੇ ਤਾਂ ਹੋਣਾ ਜਦੋਂ ਸਟੇਜਾਂ ਤੋਂ ਥੱਲੇ ਹੋ ਕੇ ਇੱਕ ਦੂਜੇ ਦੇ ਨਾਲ ਬਵਾਂਗੇ। ਤੇ ਮੈਨੂੰ ਦੱਸੇ ਜਿਹੜਾ ਜਿਹੜਾ ਏਕੇ ਦੀ ਗੱਲ ਕਰਦਾ ਥੱਲੇ ਹੋ ਕੇ ਕਿਹਦੇ ਕਿਹਦੇ ਕੋਲ ਜਾ ਕੇ ਅਸੀਂ ਬੇਨਤੀਆਂ ਕੀਤੀਆਂ ਵੀ ਇਕੱਠੇ ਹੋਈਏ। ਪੰਥ ਨੂੰ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਭੰਡੀ ਤੁਰੀ ਜਾਂਦੇ ਹਾਂ, ਭੰਡਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ, ਏਕਾ ਜੇ ਹੋਣਾ ਆ ਨਾ। ਤੇ ਮੈਂ ਸੱਚਾਈ ਕਹਿੰਦਾ ਜੀ, ਤੁਸੀਂ ਕਿਸਾਨੀ ਮੋਰਚੇ ਲਾ ਲਓ, ਬੰਦੀ ਸਿੰਘਾਂ ਦੇ ਮੋਰਚੇ ਲਾ ਲਓ, ਜਿਹੜੇ ਮਰਜ਼ੀ ਲਾ ਲਓ, ਇਹਦੇ ਨਾਲ ਸਾਡਾ ਸਦੀਵੀ ਹੱਲ ਨਹੀਂ ਹੋਣਾ। ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਵੀ ਦੀਪ ਕਹਿੰਦਾ ਹੈ ਵੀ ਇੱਕ ਵਾਰੀ ਕਿਸਾਨ ਚੱਲੇ ਆ ਫਿਰ ਸੜਕਾਂ ਤੇ ਰੁਲਣਗੇ, ਤੁਸੀਂ ਮੇਰੇ ਕੋਲ ਲਿਖਾ ਲਓ ਇਹ ਬੰਦੀ ਸਿੰਘ ਅਸੀਂ ਛਡਾ ਲਾਂਗੇ ਨਾ, ਅਗਲੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਤੁਸੀਂ ਫਿਰ ਸੜਕਾਂ ਤੇ ਹੋ। ਕਿਉਂ? ਕਿਉਂਕਿ ਬੰਦੀ ਸਿੰਘ ਬਣੇ ਨੇ ਕਿਸੇ ਕਾਰਨ, ਤੇ ਉਹ ਕਾਰਨ ਹੈ ਖਾਲਿਸਤਾਨ ਦੀ ਪ੍ਰਾਪਤੀ। ਜਦੋਂ ਤੱਕ ਉਹ ਨਾ ਹਾਸਲ ਹੋਇਆ ਬੰਦੀ ਸਿੰਘ ਬਣਦੇ ਰਹਿਣੇ। ਇਹ ਮੋਰਚੇ ਜਿੰਨੇ ਮਰਜ਼ੀ ਲਾ ਲਓ, ਮੈਂ ਕਹਿੰਦਾ ਜੇ ਪੰਥ ਇਕੱਠਾ ਕਰਨਾ ਨਾ ਤੇ ਮੋਰਚਾ ਫਿਰ ਇੱਕ ਗੱਲ ਤੇ ਹੋਣਾ ਚਾਹੀਦਾ, ਆਰ ਤੇ ਪਾਰ ਦੀ ਲੜਾਈ, ਤੇ ਉਹ ਲੜਾਈ ਸਿਰਫ ਤੇ ਸਿਰਫ ਖਾਲਿਸਤਾਨ ਦੀ ਪ੍ਰਾਪਤੀ ਦੀ ਆ। ਵਿਚਲੀਆਂ ਗੱਲਾਂ ਸਾਰੀਆਂ ਬਾਹਰ ਕੱਢ ਦਿਓ, ਫਿਰ ਲੱਗਦਾ ਪਤਾ ਕਿਹੜਾ। ਇੱਥੋਂ ਸਟੇਜਾਂ ਤੋਂ ਸਾਰੇ ਕਹਿ ਦਿੰਦੇ ਵੀ ਉਹਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਉਹਦੀਆਂ ਭਾਰ ਨਹੀਂ ਚੱਲਦੀਆਂ, ਪਤਾ ਉਦੋਂ ਲੱਗਣਾ ਕਿਹਦੀਆਂ ਭਾਰ ਨਹੀਂ ਚੱਲਦੀਆਂ। ਜੇ ਨੌਜਵਾਨੀ ਇਹਦਾ ਤੁਰੇ ਫਿਰਨਾ, ਤੁਰੇ ਫਿਰੋ ਭਾਵੇਂ ਸਦੀਆਂ ਨੰਘਾ ਦਿਓ, ਸਿੱਧੀ ਅਸੀਂ ਨਿਸ਼ਾਨੇ ਵਾਲੀ ਗੱਲ ਹੀ ਕੋਈ ਨਹੀਂ ਕਰਦਾ, ਗੱਲ ਨਿਸ਼ਾਨੇ ਵਾਲੀ ਸਿਰਫ ਇੱਕ ਤੇ ਏਕਾ ਪੰਥ 'ਚ ਇੱਕੋ ਗੱਲ ਤੇ ਹੋਣਾ। ਕੋਈ ਮੈਂ ਤੁਹਾਨੂੰ ਮੈਂ ਨਹੀਂ ਕਹਿੰਦਾ ਬੰਦੀ ਸਿੰਘ ਬਾਹਰ ਨਹੀਂ ਆਉਣੇ ਚਾਹੀਦੇ, ਆਉਣੇ ਚਾਹੀਦੇ ਨੇ, ਪਰ ਸੱਚਾਈ ਨੂੰ ਤੇ ਪਹਿਚਾਣੋ। ਪਿਛਲੇ 40 ਸਾਲਾਂ ਵਾਲੇ 30 ਸਾਲਾਂ ਵਾਲੇ ਜੇਲ੍ਹਾਂ 'ਚ ਆ, ਉਹਨਾਂ ਨੂੰ ਛਡਾਉਣ ਲਈ ਮੋਰਚੇ ਲੱਗੇ, ਅਗਲੇ ਜੇਲ੍ਹਾਂ ਦੇ ਵਿੱਚ ਬਹਿ ਗਏ, ਇਹਨਾਂ ਨੂੰ 30 ਸਾਲਾਂ ਨੂੰ ਛਡਾਉਣ ਨੂੰ ਫਿਰ ਮੋਰਚੇ ਲਾ ਲਿਓ, ਉਦੋਂ ਤੱਕ ਫਿਰ ਬਣ ਜਾਣਗੇ, ਫਿਰ ਕਿੱਧਰ ਨੂੰ ਜਾਓਗੇ? ਇਹ ਤੇ ਜਦੋਂ ਤੱਕ ਆਜ਼ਾਦੀ ਨਹੀਂ ਨਾ ਮਿਲਦੀ, ਦੁਨੀਆਂ ਦਾ ਅਸੂਲ ਆ ਇੱਕ, ਜਦੋਂ ਜੰਗ ਲੱਗੀ ਹੋਵੇ ਨਾ ਤੇ ਜੰਗ ਦੇ ਮੈਦਾਨ 'ਚ ਡਿੱਗੀਆਂ ਲਾਸ਼ਾਂ ਨਹੀਂ ਗਿਣੀਦੀਆਂ ਹੋਈਦੀਆਂ, ਜੰਗ ਜਿੱਤਣ ਦੇ ਲਈ ਯੁੱਧ ਕਰੀਦਾ ਹੋਈਦਾ ਆ। ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਜੰਗ ਲੱਗੀ ਆ ਤੇ ਅਸੀਂ ਬੰਦੀ ਸਿੰਘ ਗਿਣਨ ਡੇ ਆ? ਬੰਦੀ ਸਿੰਘ 30 ਜਾਂ 40 ਨਹੀਂ, 4,000 ਤੇ 4,00,000 ਵੀ ਹੋਣ, ਪਰ ਮਸਲਾ ਉੱਧਰ ਨੂੰ ਨਹੀਂ, ਮਸਲਾ ਕੌਮ ਦੀ ਆਜ਼ਾਦੀ ਤੇ ਸਿਰਫ ਖਾਲਿਸਤਾਨ ਦੀ ਪ੍ਰਾਪਤੀ ਵੱਲ ਹੋਣਾ ਚਾਹੀਦਾ। ਅੱਜ ਉਹ ਜੇਲ੍ਹ 'ਚ ਨੇ, ਸਿਰ ਝੁਕਦਾ ਹੈ ਉਹਨਾਂ ਦੇ, ਸਗੋਂ ਉਹ ਤੇ ਜੇਲ੍ਹਾਂ 'ਚੋਂ ਬੈਠੇ ਇਹ ਕਹਿ ਰਹੇ ਆ, ਤੁਸੀਂ ਭਾਈ ਤਾਰੇ ਹੋਣਾ ਦੀ ਚਿੱਠੀ ਪੜ੍ਹੋ, ਉਹ ਤੇ ਇਹ ਕਹਿੰਦੇ ਵੀ ਸਾਨੂੰ ਬਾਹਰ ਆਈਏ ਨਾ ਆਈਏ ਬਾਹਰ ਦੀ ਗੱਲ ਆ, ਪਰ ਜਿਹੜੇ ਮਸਲੇ ਲਈ ਜੇਲ੍ਹਾਂ 'ਚ ਗਏ ਆ ਉਹ ਤੋਂ ਥੱਲੇ ਨਹੀਂ ਆਉਣਾ। ਤੇ ਅਸੀਂ ਕਈ ਵਾਰੀ ਉਹ ਮਸਲਾ ਥੱਲੇ ਲੈ ਆਉਂਦੇ ਹਾਂ ਤੇ ਜਿਹੜਾ ਥੱਲੇ ਮਸਲਾ ਉੱਠਿਆ ਹੁੰਦਾ ਉਹਨੂੰ ਚੁੱਕ ਕੇ ਉੱਪਰ ਲੈ ਜਾਂਦੇ ਹਾਂ, ਤੇ ਫਿਰ ਤੁਰੇ ਭਰੋ ਜਿੰਨਾ ਚਿਰ ਮਰਜ਼ੀ। ਸੋ ਮੈਂ ਗੱਲਾਂ, ਮੈਂ ਫਿਰ ਤੁਹਾਡੇ ਤੋਂ ਮਾਫ਼ੀ ਮੰਗਦਾ ਭਰਾਵੋ, ਹੋ ਸਕਦਾ ਤੁਹਾਨੂੰ ਫਿਰ ਲੱਗਾ ਵੀ 2 ਮਿੰਟ ਕਿਹਾ ਸੀਗਾ, 5-7 ਮਿੰਟ ਲੈ ਗਿਆ। ਮੈਂ 5-7 ਵਾਰੀ ਤੁਹਾਡੇ ਕੋਲ ਮਾਫ਼ੀ ਮੰਗ ਲਈ, ਅਖੀਰ ਤੇ ਫਿਰ ਮਾਫ਼ੀ ਮੰਗ ਲੈਂਦਾ, ਪਰ ਮੈਨੂੰ ਇੱਕ ਗੱਲ ਪੱਲੇ ਬੰਨ ਲੈ, ਨੌਜਵਾਨ ਬੰਦੀ ਸਿੰਘ ਬਾਹਰ ਆਉਣ, ਸਾਡੇ ਕਿਸਾਨੀ ਮਸਲੇ ਹੱਲ ਹੋਣ, ਪਰ ਇਹ ਸਾਰੇ ਮਸਲਿਆਂ ਦਾ ਹੱਲ ਜੇ ਅਖੀਰੀ ਆ ਨਾ ਤੇ ਉਹ ਖਾਲਿਸਤਾਨ ਦੀ ਪ੍ਰਾਪਤੀ ਉਹ ਕਿਵੇਂ ਆ? ਇਹ ਕੋਈ ਅੱਜ ਜਾਂ 2017 ਜਾਂ 2019 'ਚ ਗੱਲ ਨਹੀਂ ਸ਼ੁਰੂ ਹੋਈ ਵੀ ਕਿਸਾਨੀ ਬਚਾਉਣੀ ਆ, ਨਸਲਾਂ ਬਚਾਉਣੀਆਂ ਜਾਂ ਫਸਲਾਂ ਬਚਾਉਣੀਆਂ ਨੇ। ਇਹ ਗੱਲ ਤੁਸੀਂ ਇੱਕ ਗੱਲ ਸਮਝੋ, ਅਨੰਦਪੁਰ ਸਾਹਿਬ ਦਾ ਮਤਾ ਕੀ? ਭਾਈ ਜਟਾਣੇ ਨੇ ਪਾਣੀਆਂ ਬੰਨ ਮਾਰਿਆ, ਕਦ ਲਈ ਮਾਰਿਆ? ਉਹਨੇ ਉਹ ਪਾਣੀ ਨਾਲ ਨਹਾਉਣਾ ਥੋੜੀ ਸੀ, ਫਸਲਾਂ ਦੀ ਗੱਲ ਹੀ ਸਾਡੇ ਉਹ ਕੀ? ਤੁਹਾਡੇ ਚੋਂ ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ, MSP ਦਾ ਜਿਹੜਾ ਕਮਿਸ਼ਨ ਬਣਦਾ ਹੈ, ਜਿਹੜਾ ਫਸਲਾਂ ਦਾ ਭਾਅ ਤੈਅ ਕਰਦਾ ਆ, ਉਹਦਾ ਮਾਨ ਸਾਹਿਬ ਨੂੰ ਤਾਂ ਸ਼ਾਇਦ ਯਾਦ ਹੋਊਗਾ, ਬੱਬਰ ਖਾਲਸਾ ਨੂੰ ਉਹਦਾ ਚੇਅਰਮੈਨ ਵੀ ਗੱਡੀ ਚਾੜਿਆ ਸੀ। ਉਹ ਕਿਉਂ ਚਾੜਿਆ ਸੀ?
जो शब्द देना दिलो इहदा सारिआं दा सदीवी हल इक्को ही आ उह आ खालिस्तान दी प्राप्ति ते उहदे लई कौम इकट्ठी होवे ते मैं वादा करदा जे कौम उहदे ते इकट्ठी होएगी ना ते फिर सारे मसले हल होणे जे इन्नीआं गल्लां दे नाल खिमा दा जा चुका वाहेगुरु जी का खालसा वाहेगुरु जी की फतेह।